ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਆਰਜੇ ਰਾਜਵੀਰ ਕਾਲੇਕੇ। ਆਪਣੇ ਪ੍ਰੋਗਰਾਮ ਮਾਂ ਬੋਲੀ ਪੰਜਾਬੀ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਤੇ ਅੱਜ ਜੋ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਲੋਹੜੀ ਤੇ ਵਿਸ਼ੇਸ਼ ਹੈ ਤੇ ਇਸ ਰਚਨਾ ਦੇ ਲੇਖਕ ਨੇ ਦੁੱਖ ਭੰਜਨ ਰੰਧਾਵਾ ਜੀ ਕੀ ਲਿਖਦੇ ਨੇ ਆਪਣੀ ਇਸ ਰਚਨਾ ਦੇ ਵਿੱਚ। ਇਹ ਲੋਹੜੀ ਸੋਹਣੀ ਹੋਰ ਬਣਾਓ, ਦੁਨੀਆ ਵਾਲਿਓ ਧੀ ਬਚਾਓ, ਧੀ ਪੁੱਤਰਾਂ ਤੋਂ ਕਿਧਰੇ ਚੰਗੀ, ਆਪਣੇ ਮਨ ਨੂੰ ਗੱਲ ਸਮਝਾਓ। ਧੀ ਧਰਤੀ ਤੋਂ ਮੁਕਦੀ ਜਾਂਦੀ, ਆਪਣੇ ਘਰ ਵਿੱਚ ਤੁਸੀਂ ਲਿਆਓ। ਧੀ ਜੰਮਣ ਤੇ ਖੁਸ਼ੀਆਂ ਮਾਣੋ, ਧੀ ਜੰਮਣ ਤੇ ਲੰਗਰ ਲਾਓ। ਧੀ ਕੈਪਟਨ ਤੇ ਧੀ ਪਾਇਲਟ ਹੈ, ਤੁਸੀਂ ਵੀ ਰੀਝਾਂ ਨਾਲ ਪੜਾਓ। ਲਾਲਚ ਛੱਡ ਕੇ ਪੁੱਤਰਾਂ ਦਾ ਤੁਸੀਂ ਕੁੱਖ ਵਿੱਚ ਧੀ ਨਾ ਮਾਰ ਮੁਕਾਓ, ਧੀ ਨਾ ਰਹੀ ਤਾਂ ਪੁੱਤ ਨਹੀਂ ਆਉਣੇ। ਇਹੀ ਸੋਚ ਸਭ ਧੀ ਬਚਾਓ। ਧੀ ਬਾਬਲ ਦੇ ਚੀਰੇ ਵਰਗੀ, ਇਸ ਚੀਰੇ ਨੂੰ ਮਾਵਾ ਲਾਓ। ਦੁੱਖ ਭੰਜਨ ਫਿਰੇ ਹੌਕਾ ਦੇਂਦਾ, ਰਲ ਇਸ ਹੌਕੇ ਨੂੰ ਹੂਕ ਬਣਾਓ। ਇਹ ਲੋਹੜੀ ਸੋਹਣੀ ਹੋਰ ਬਣਾਓ, ਦੁਨੀਆ ਵਾਲਿਓ ਧੀ ਬਚਾਓ। ਧੰਨਵਾਦ ਦੋਸਤੋ।